ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਨ ਜਾ ਰਹੇ ਆ ਕਵਿਤਾ ਭਾਗ ਦੇ ਵਸਤੂ ਨਿਸ਼ਟਕ ਪ੍ਰਸ਼ਨ ਉੱਤਰ ਕਿਉਂਕਿ ਸਾਡੇ ਜਿਹੜੇ ਵੈਰੀ ਵੈਰੀ ਇੰਪੋਰਟੈਂਟ ਪ੍ਰਸੰਗ ਸਤਿ ਵਿਆਖਿਆ ਉਹ ਅਸੀਂ ਸਾਰੀ ਕੰਪਲੀਟ ਕਰ ਲਈਏ ਤੋ ਹੁਣ ਕਵਿਤਾ ਭਾਗ ਵਿੱਚ ਪਹਿਲਾ ਟੋਪਿਕ ਲਵਾਂਗੇ ਗੁਰਮੁਤਕਾਵੇ ਤੇ ਗੁਰਮੁਤਕਾਵੇ ਵਿੱਚ ਹੈਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਤੁਹਾਡਾ ਪਹਿਲਾ ਕੁਐਸਚਨ ਹੈ ਪਵਨ ਗੁਰੂ ਪਾਣੀ ਪਿਤਾ ਕਵਿਤਾ ਕਿਸ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਦੀ ਗੁਰੂ ਜੀ ਨੇ ਪਵਨ ਨੂੰ ਕਿਸ ਦਾ ਰੂਪ ਦੱਸਿਆ ਹੈ ਗੁਰੂ ਦਾ ਸਭ ਜੀਵਾਂ ਦੀ ਵੱਡੀ ਮਾਤਾ ਕੌਣ ਹੈ ਧਰਤੀ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਚੰਗੇ ਮੰਦੇ ਕੰਮਾਂ ਦਾ ਵਿਚਾਰ ਕੌਣ ਕਰਦਾ ਹੈ ਧਰਮਰਾਜ ਨਾਸਟਾ ਕਹਿੰਦੇ ਕਿ ਕਿਹੜੇ ਜੀਵ ਆਪਣੀ ਮਿਹਨਤ ਸਫਲ ਕਰ ਗਏ ਹਨ ਨਾਮ ਸਿਮਰਨ ਕਰਨ ਵਾਲੇ ਸੋ ਕਿਉ ਮੰਦਾ ਆਖੇ ਬਾਣੀ ਕਿਸ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਦੀ ਸੋ ਕਿਉ ਮੰਦਾ ਆਖੇ ਸ਼ਬਦ ਵਿੱਚ ਇਸਤਰੀ ਤੋਂ ਬਿਨਾ ਕਿਸ ਦੀ ਹੋਂਦ ਸਵੀਕਾਰ ਕੀਤੀ ਗਈ ਹੈ ਪਰਮਾਤਮਾ ਦੀ ਸੋ ਕਿਉ ਮੰਦਾ ਆਖੇ ਸ਼ਬਦ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ ਇਸਤਰੀ ਦੀ ਅਗੇ ਪੰਡ ਸ਼ਬਦ ਦਾ ਕੀ ਅਰਥ ਹੈ ਇਸਤਰੀ ਰਾਜੇ ਕਿਸ ਤੋਂ ਜਨਮ ਲੈਂਦੇ ਹਨ स्त्री ਤੋਂ ਰਾਜੇ ਗੁਰੂ ਜੀ ਅਨੁਸਾਰ ਭੰਡੇ ਭੰਡੇ ਬਾਹਰਾ ਕੌਣ ਹੈ ਪਰਮਾਤਮਾ ਗगन ਮਥਾਲ ਕਿਸ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਦੀ ਨੈਕਸਟ ਹੈ ਗੁਰੂ ਗगन ਮਥਾਲ ਬਾਣੀ ਵਿੱਚ ਕਿਸ ਦੀ ਆਰਤੀ उतारी ਜਾ ਰਹੀ ਹੈ ਭਵਖੰਡਨਾ ਮਤਲਬ ਪਰਮਾਤਮਾ ਦੀ ਪਰਮਾਤਮਾ ਦੀ ਆਰਤੀ ਵਿੱਚ ਗगन ਕੀ ਹੈ ਥਾਲ ਤਾਂ ਪਰਮਾਤਮਾ ਦੀ ਆਰਤੀ ਵਿੱਚ ਰਵੀ ਚੰਦ ਮਤਲਬ ਸੂਰਜ ਤੇ ਚੰਦ ਕੀ ਹਨ ਦੀਪਕ ਤੇ ਦੀਵੇ ਭਵਖੰਡਨਾ ਦੀ ਆਰਤੀ ਵਿੱਚ ਤਾਰਿਕਾ ਮੰਡਲ ਕੀ ਹੈ ਮੋਤੀ ਤਾਰਿਕਾ ਮੰਡਲ ਤੋਂ ਭਾਵ ਆਸਮਾਨ ਦੇ ਤਾਰੇ ਤਾਰਿਆਂ ਦਾ ਸਮੂਹ ਠੀਕ ਹੈ ਨੈਕਸਟ ਹੈ ਗਗਨ ਮਿਥਾਲ ਸ਼ਬਦ ਵਿੱਚ ਭਵਖੰਡਨਾ ਦੀ ਆਰਤੀ ਕੌਣ ਉਤਾਰ ਰਿਹਾ ਹੈ ਸਾਰੀ ਕੁਦਰਤ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਹਰਮਨ ਪਿਆਰੀ ਰਚਨਾ ਕਿਹੜੀ ਹੈ ਜਪਜੀ ਸਾਹਿਬ ਨੈਕਸਟ ਹੈ ਗੁਰੂ ਅਰਜਨ ਅੰਮਰਦਾਸ ਜੀ ਦੀ ਤੇ ਇਹਦੇ ਵਿੱਚ ਪਹਿਲਾ ਕੁਐਸਚਨ ਹੈ ਅਨੰਤ ਪਾਇਆ ਮੇਰੀ ਮਾਏ ਕਿਸ ਦੀ ਰਚਨਾ ਹੈ ਗੁਰੂ ਅੰਮਰਦਾਸ ਜੀ ਦੀ ਅਨੰਦ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ ਸਤਗੁਰ ਦੀ ਪ੍ਰਾਪਤੀ ਨਾਲ ਸਤਗੁਰ ਦੀ ਪ੍ਰਾਪਤੀ ਨਾਲ ਕੀ ਮਿਲਿਆ ਹੈ ਅਨੰਦ ਪੁਰਬ ਅਡੋਲ ਅਵਸਥਾ ਅਡੋਲ ਮਤਲਬ ਨਾ ਡੋਲਣ ਵਾਲੀ ਨੈਕਸਟ ਹੈ ਕਹਿੰਦੇ ਨੇ ਕਿ ਗੁਰੂ ਜੀ ਕਿਸ ਦਾ ਸ਼ਬਦ ਗਾਉਣ ਲਈ ਕਹਿੰਦੇ ਹਨ ਪ੍ਰਭੂ ਦੀ ਸਿਵਤਸਲਾ ਦਾ ਤਾਰੀਫ ਦਾ ਠੀਕ ਹੈ ਅਨੰਦ ਦੀ ਪ੍ਰਾਪਤੀ ਕਿਸ ਰਾਹੀ ਹੁੰਦੀ ਹੈ ਸਤਗੁਰ ਦੇ ਰਾਹੀ ਇਹ ਸ਼ਰੀਰਾ ਮੇਰਾ ਬਾਣੀ ਕਿਸ ਨੂੰ ਸੰਬੋਧਿਤ ਹੈ શરીર ਨੂੰ ਸਰੀਰ ਸੰਸਾਰ ਵਿੱਚ ਆ ਕੇ ਕੀ ਕਰਦਾ ਹੈ ਫਜ਼ੂਲ ਕੰਮ ਸਰੀਰ ਦਾ ਰਚਨ ਕਿਸ ਨੇ ਰਚਿਆ ਹੈ ਪਰਮਾਤਮਾ ਨੇ ਪੁਰਬਲੇ ਕਰਮਾ ਵਿੱਚ ਲਿਖੇ ਅਨੁਸਾਰ ਕਿਸ ਦੀ ਮਿਹਰ ਹੁੰਦੀ ਹੈ ਹਰ ਅਨਸਰ ਹੈ ਗੁਰੂ ਦੀ ਨੈਕਸਟ ਹੈ ਪਹਿਲਾ ਸੈੱਟ ਕਰ ਲੈਨੇ ਆਪਣਾ ਪੇਜ ਹਾਂਜੀ ਕਹਿੰਦੇ ਕਿ ਸਹਿਤ ਮਾਲਾ 10ਵੀਂ ਪਾਠ ਪੁਸਤਕ ਵਿੱਚ ਦਰਜ ਗੁਰੂ ਅਮਰਦਾਸ ਜੀ ਦੀ ਕਿਸੇ ਇੱਕ ਬਾਣੀ ਦਾ ਨਾਮ ਲਿਖੋ ਕਿਰਪਾ ਕਰਕੇ ਬਖਸ਼ ਲੋ ਮਤਲਬ ਕੋਈ ਵੀ ਤੁਹਾਨੂੰ ਉਸ ਸਮੇ ਗੁਰੂ ਅਮਰਦਾਸ ਜੀ ਦੀ ਬਾਣੀ ਕੋਈ ਵੀ ਯਾਦ ਹੋਏਗੀ ਤੁਸੀਂ ਇਸ ਤੋਂ ਇਲਾਵਾ ਉਹਨਾਂ ਦਾ ਵੀ ਨਾਮ ਲਿਖ ਸਕਦੇ ਹੋ ਠੀਕ ਹੈ ਬੇਟਾ ਅੱਗੇ ਆ ਗਿਆ ਕਿਲ ਵਿਖਤੋਂ ਕੀ ਭਾਵ ਹੈ ਵਾਪਾ ਕਿਰਪਾ ਕਰਕੇ ਬਖਸ਼ ਲੋ ਸ਼ਬਦ ਵਿੱਚ ਪਰਮਾਤਮਾ ਅੱਗੇ ਕਿਸ ਲਈ ਅਰਦਾਸ ਕੀਤੀ ਗਈ ਹੈ ਗੁਨਾਹ ਬਖਸ਼ਣ ਦੀ ਮਨੁੱਖ ਕਿਸ ਤਰ੍ਹਾਂ ਪ੍ਰਭੂ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕਦਾ ਆਪਣੇ ਕਰਮਾਂ ਦੇ ਲੇਖੇ ਨਾਲ ਕਿਉਂਕਿ ਜੇਕਰ ਮਨੁੱਖ ਪਹਿਰੇ ਕਰਮ ਕਰੇਗਾ ਤਾਂ ਉਹਦੇ ਤੇ ਪਰਮਾਤਮਾ ਦੀ ਬਖਸ਼ਿਸ਼ ਨਹੀਂ ਰਹਿੰਦੀ ਗੁਰੂ ਪ੍ਰਸੰਨ ਹੋ ਕੇ ਕਿਹੜੀ ਦਾਤ ਦਿੰਦਾ ਹੈ ਨਾਮ ਸਿਮਰਨ ਦੀ ਨੈਸਟ ਹੈ ਕਹਿੰਦੇ ਨੇ ਹਾਂਜੀ ਕਿਰਪਾ ਕਰਕੇ ਬਖਸ਼ ਲੋ ਸ਼ਬਦ ਵਿੱਚ ਪ੍ਰਭੂ ਅੱਗੇ ਕਾਦੀ ਅਰਦਾਸ ਕੀਤੀ ਗਈ ਹੈ ਗੁਨਾਹ ਬਖਸ਼ਣ ਦੀ ਮਨੁੱਖ ਦੀ ਬਿਰਤੀ ਕਿਸ ਤਰ੍ਹਾਂ ਦੀ ਹੈ ਭੁੱਲਣ ਤੇ ਗੁਨਾਹ ਕਰਨ ਵਾਲੀ ਬਿਰਤੀ ਮਤਲਬ ਉਹਦਾ ਨੇਚਰ ਕਿਸ ਤਰ੍ਹਾਂ ਦਾ ਹੈ ਮਨੁੱਖ ਦਾ ਠੀਕ ਹੈ ਮਨੁੱਖ ਕਿਹੋ ਜਿਹਾ ਹੈ ਹਨ ਭੁੱਲਣਹਾਰ ਪਾਪੀ ਤੇ ਗੁਨਾਹਗਾਰ ਮਨੁੱਖ ਕਿਸ ਤਰ੍ਹਾਂ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਦਾ ਆਪਣੇ ਕਰਮਾਂ ਦੇ ਲੇਖੇ ਨਾਲ ਇਹ ਦੁਬਾਰਾ ਰਿਪੀਟ ਹੋ ਗਿਆ ਹੈ ਨੈਕਸਟ ਹੱਡ ਆ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਇਹਨਾਂ ਦੀਆਂ ਬਾਣੀਆਂ ਆ ਜਾਂਦੀਆਂ ਨੇ ਤੇ ਪਹਿਲਾ ਕੁਐਸਚਨ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰੀ ਮਾਤਾ ਕਿਸ ਦੀ ਰਚਨਾ ਹੈ ਗੁਰੂ ਅਰਜਨ ਦੇਵ ਜੀ ਦੀ ਗੁਰੂ ਜੀ ਅਨੁਸਾਰ ਮਾਤਾ ਪਿਤਾ ਬੰਦਪੂ ਪ੍ਰਾਤਾ ਕੋਣ ਹਨ ਪਰਮਾਤਮਾ ਵਿਕਾਰਾਂ ਦਾ ਔਖਾ ਘੋਲ ਕਿਸ ਤਰ੍ਹਾਂ ਜਿੱਤਿਆ ਗਿਆ ਹੈ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਧਿਆਉਣ ਨਾਲ ਕੀ ਪ੍ਰਾਪਤ ਹੁੰਦਾ ਹੈ ਮਹਾ ਸੁਖ ਗੁਰੂ ਜੀ ਅਨੁਸਾਰ ਸੰਸਾਰ ਦੀ ਸਾਰੀ ਖੇਡ ਤੇ ਅਖਾੜਾ ਕਿਸ ਦਾ ਹੈ ਪਰਮਾਤਮਾ ਦਾ ਗੁਰੂ ਅਰਜਨ ਦੇਵ ਜੀ ਦੀ ਰਚੀ ਬਾਣੀ ਰਚੀ ਹੋਈ ਬਾਣੀ ਦੱਸੋ ਤੂੰ ਮੇਰਾ ਪਿਤਾ ਤੂੰ ਹੈ ਮੇਰੀ ਮਾਤਾ ਨੈਕਸਟ ਹੈ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਕਿਹੜੀ ਰਚਨਾ ਹੈ ਸੁਖਮਨੀ ਸਾਹਿਬ ਮਿੱਠ ਬੋਲਣਾ ਬੋਲੜਾ ਜੀ ਹਰ ਸੱਜਣ ਕਿਸ ਦੀ ਰਚਨਾ ਹੈ ਗੁਰੂ ਅਰਜਨ ਦੇਵ ਜੀ ਦੀ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਕਿਸ ਦੀ ਰਚਨਾ ਹੈ ਗੁਰੂ ਅਰਜਨ ਦੇਵ ਜੀ ਦੀ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਾਣੀ ਵਿੱਚ ਕਿਸ ਦੇ ਮਿਲਾਪ ਦੀ ਤੜਫ ਬਿਆਨ ਕੀਤੀ ਗਈ ਹੈ ਗੁਰੂ ਪਿਤਾ ਦੇ ਨੈਕਸਟ ਹੈ ਪਹਿਲਾ ਸੈੱਟ ਕਰ ਲੈਂਦੇ ਆ ਹਾਂਜੀ ਕਹਿੰਦੇ ਕਿ ਗੁਰੂ ਜੀ ਦਾ ਮਨ ਗੁਰੂ ਪਿਤਾ ਦੇ ਮਿਲਾਪ ਲਈ ਕਿਸ ਤਰ੍ਹਾਂ ਵਿਲਕ ਰਿਹਾ ਹੈ ਕਹਿੰਦੇ ਕਿ ਚਾਤ੍ਰਿਕ ਵਾਂਗ ਪਪੀਹੇ ਵਾਂਗ ਸ਼ਰੰਗ ਵਾਂਗ ਠੀਕ ਹੈ ਨੈਕਸਟ ਹੈ ਭਾਈ ਗੁਰਦਾਸ ਜੀ ਦੀਆਂ ਬਾਣੀਆਂ ਕਹਿੰਦੇ ਸਤਗੁਰੂ ਨਾਨਕ ਪ੍ਰਗਟਿਆ ਕਿਸ ਦੀ ਰਚਨਾ ਹੈ ਪਾਈ ਗੁਰਦਾਸ ਜੀ ਦੀ ਜਿਸ ਕਿਸ ਨੇ ਕਿਸ ਦੇ ਜਨਮ ਨਾਲ ਸੰਸਾਰ ਵਿੱਚ ਅਗਿਆਨਤਾ ਦਾ ਹਨੇਰਾ ਮਿਟ ਗਿਆ ਗੁਰੂ ਨਾਨਕ ਦੇਵ ਜੀ ਦਾ ਹੈ ਗੁਰੂ ਜੀ ਦੇ ਜਨਮ ਨਾਲ ਸੰਸਾਰ ਵਿੱਚ ਕਿਸ ਦਾ ਚਾਨਣ ਹੋ ਗਿਆ ਗਿਆਨ ਦਾ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਕਿਹੜੀ ਧੁੰਦ ਮਿਟ ਗਈ ਅਗਿਆਨਤਾ ਦੀ ਨੈਕਸਟ ਹੈ ਇਹਦੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਪੈਰ ਗੁਰੂ ਨਾਨਕ ਦੇਵ ਜੀ ਪੈਰ ਧਰਦੇ ਸਨ ਉਹ ਥਾਂ ਸੇਵਕਾਂ ਲਈ ਕਿਹੋ ਜਿਹੀ ਹੋ ਜਾਂਦੀ ਹੀ ਪੂਜਣਯੋਗ ਕਹਿੰਦੇ ਕਿ ਕਿਸ ਦੇ ਪ੍ਰਗਟ ਹੋਣ ਨਾ ਸੰਸਾਰ ਤੋਂ ਅਗਿਆਨਤਾ ਦਾ ਹਨੇਰਾ ਮਿਟ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ ਗੁਰੂ ਨਾਨਕ ਦੇਵ ਜੀ ਦੇ ਫਿਰ ਕਹਿੰਦੇ குரு ਜੀ ਦੇ ਪ੍ਰਭਾਵ ਨਾਲ ਸਿੱਧਾਂ ਤੇ ਆਸਨ ਕੀ ਬਣ ਗਏ ਧਰਮਸ਼ਾਲਾਵਾ ਫਿਰ ਕਿ ਦੇਖ ਦੇਖ ਪਰਾਈਆਂ ਚੰਗੀਆਂ ਕਿਸ ਦੀ ਰਚਨਾ ਹੈ ਪਾਈ ਗੁਰਦਾਸ ਜੀ ਦੀ ਨੈਸਟ ਹੈ ਕਹਿੰਦੇ ਗੁਰਸਿੱਖ ਨੂੰ ਪਰਾਈਆਂ ਇਸਤਰੀਆਂ ਨੂੰ ਕੀ ਸਮਝਣਾ ਚਾਹੀਦਾ ਮਾਵਾਂ ਧੀਆਂ ਤੇ ਭੈਣਾ ਗੁਰਮੁਖ ਕਿਸ ਤੋਂ ਕੁਰਬਾਨ ਜਾਂਦਾ ਹੈ ਸਾਧ ਸੰਗਤ ਤੋਂ ਆਪ ਭਲਾ ਸਭ ਜਗ ਭਲਾ ਕਿਸ ਦੀ ਰਚਨਾ ਹੈ ਪਾਈ ਗੁਰਦਾਸ ਜੀ ਦੀ ਸਾਰਾ ਸੰਸਾਰ ਕਿਸ ਨੂੰ ਬੁਰਾ ਦੱਸਦਾ ਹੈ ਬੁਰੇ ਨੂੰ ਕਿਸ ਨੂੰ ਸਾਰਾ ਸੰਸਾਰ ਭਲਾ ਦੱਸਦਾ ਹੈ ਜਿਹੜਾ ਆਪ ਭਲਾ ਹੋਵੇ ਕੋਰਵਾ ਦੇ ਦਿਲ ਵਿੱਚ ਕੀ ਸੀ ਜਿਸ ਕਰਕੇ ਕ੍ਰਿਸ਼ਨ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਵੈਰ ਭਾਵ ਕਹਿੰਦੇ ਲੋਟੇ ਦੀ ਟੁੱਟੀ ਵਿੱਚੋਂ ਕੀ ਬਾਹਰ ਨਿਕਲਦਾ ਹੈ ਜੋ ਲੋਟੇ ਦੇ ਅੰਦਰ ਹੋਵੇ ਠੀਕ ਹੈ ਨੈਕਸਟ ਹੈ ਅ ਕੀਰਤਕਨ ਕਿਸ ਦੀ ਰਚਨਾ ਹੈ ਭਾਈ ਗੁਰਦਾਸ ਜੀ ਦੀ ਤਰਤੀ ਨੂੰ ਕਿਸ ਦਾ ਡਰ ਸੌਰੀ ਤਰਤੀ ਨੂੰ ਕਿਸ ਦਾ ਭਾਰ ਲੱਗਦਾ ਹੈ ਅਕਿਰਤ ਕੰ ਦਾ ਅੱਗੇ ਗਿਆ ਸੂਫੀ ਕਾਵੇ ਵਿੱਚ ਲਿਖਾਂਗੇ ਸ਼ੇਖ ਪੜਾਂਗੇ ਸ਼ੇਖ ਫਰੀਦ ਜੀ ਦੀਆਂ ਬਾਣੀਆਂ ਦੇ ਛੋਟੇ ਕੁਐਸਚਨ ਆਨਸਰ ਸਾਡਾ ਪਹਿਲਾ ਕੁਐਸਚਨ ਹੈ ਫਰੀਦ ਜੀ ਨੇ ਕਿਸੇ ਦੀ ਨਿੰਦਿਆ ਕਰਨ ਵਾਲੇ ਮਨੁੱਖ ਨੂੰ ਪਹਿਲਾਂ ਕਿੱਥੇ ਚਾਂਤੀ ਮਾਰਨ ਲਈ ਕਿਆ ਆਪਣੇ ਗਿਰਬਾਨ ਵਿੱਚ ਮਤਲਬ ਆਪਣੇ ਆਪਣੇ ਅੰਦਰ ਵਿੱਚ ਚਾਂਤੀ ਮਾਰਨ ਵਰਸਤੇ ਕਹਿੰਦੇ ਮੁਕੀਆਂ ਮਾਰਨ ਵਾਲੇ ਦੇ ਪੈਰ ਚੁੰਮਣ ਨਾਲ ਕੀ ਪ੍ਰਾਪਤ ਹੁੰਦਾ ਹੈ ਸ਼ਾਂਤ ਅਵਸਥਾ ਨੈਕਸਟ ਹੈ ਹਾਂਜੀ ਫਰੀਦ ਜੀ ਬੁਰਾ ਸਲੂਕ ਕਰਨ ਵਾਲੇ ਨਾਲ ਕਿਹੋ ਜਿਹਾ ਸਲੂਕ ਕਰਨ ਲਈ ਆਖਦੇ ਹਨ ਚੰਗਾ ਬਾਬਾ ਫਰੀਦ ਜੀ ਅਨੁਸਾਰ ਰੱਬ ਕਿੱਥੇ ਵਸਦਾ ਹੈ ਹਿਰਦੇ ਵਿੱਚ ਫਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ ਪਰਮਾਤਮਾ ਦਾ ਨਾਮ ਫਰੀਦ ਜੀ ਰੋਟੀ ਕਿਸ ਚੀਜ਼ ਦੀ ਫਰੀਦ ਜੀ ਦੀ ਰੋਟੀ ਕਿਸ ਚੀਜ਼ ਦੀ ਬਣੀ ਹੈ ਜਮਵਾਂ ਦੀ ਕਹਿੰਦੇ ਕਿ ਫਰੀਦ ਜੀ ਅਨੁਸਾਰ ਕੌਣ ਕਨੇ ਦੁੱਖ ਸਹਿੰਦਾ ਹੈ ਚੋਪੜੀਆਂ ਖਾਣ ਵਾਲੇ ਕਹਿੰਦੇ ਫਰੀਦ ਜੀ ਕਿ ਉਹ ਜਿਹੀ ਰੋਟੀ ਖਾਂਦਾ ਉਤੇਸ਼ ਦਿੰਦੇ ਹਨ ਰੁੱਖੀ ਸੁਖੀ ਨੈਕਸਟ ਹੈ ਕਹਿੰਦੇ ਕਿ ਫਰੀਦ ਜੀ ਅਨੁਸਾਰ ਮਨੁੱਖ ਸੋਰੀ ਫਰੀਦ ਜੀ ਅਨੁਸਾਰ ਮਨੁੱਖ ਦਿਨ ਨੂੰ ਕਿਸ ਤਰ੍ਹਾਂ ਗੁਜ਼ਾਰ ਦਿੰਦਾ ਹੈ ਭਜ ਦੌੜ ਵਿੱਚ ਫਰੀਦ ਜੀ ਅਨੁਸਾਰ ਬੰਦਾ ਦੁਨੀਆ ਵਿੱਚ ਕੀ ਕਰਨ ਆਇਆ ਹੈ ਨਾਮ ਸਿਮਰਨ ਆਤਮਿਕ ਲਾਭ ਨਾ ਹੋਣ ਵਾਲੇ ਕੰਮ ਕਰਨ ਨੂੰ ਕਰਨ ਵਾਲੇ ਨੂੰ ਮਾਲਕ ਪ੍ਰਭੂ ਦੇ ਦਰ ਤੋਂ ਕੀ ਮਿਲਦਾ ਹੈ ਸ਼ਰਮਿੰਦਗੀ ਕਾਲੇ ਕੱਪੜਿਆਂ ਤੋਂ ਬੰਦਾ ਕਿਹੋ ਜਿਹਾ ਲੱਗਦਾ ਹੈ ਦਰਵੇਸ਼ ਕਾਲੇ ਕੱਪੜਿਆਂ ਵਾਲਾ ਫਕੀਰ ਅਸਲ ਵਿੱਚ ਕਾਦੇ ਨਾਲ ਭਰਿਆ ਹੈ ਗੁਨਾਹਾਂ ਨਾਲ ਫਿਰ ਗਾ ਕਹਿੰਦੇ ਫਰੀਦ ਜੀ ਅਨੁਸਾਰ ਕਿਹੋ ਜਹੀ ਫਕੀਰੀ ਵਿਅਤ ਹੈ ਦਿਖਾਵੇ ਭਰੀ ਫਰੀਦ ਜੀ ਅਨੁਸਾਰ ਘਰ ਘਰ ਕਾਦੀ ਅੱਗ ਲੱਗੀ ਹੋਈ ਹੈ ਦੁੱਖਾਂ ਦੀ ਫਿਰ ਕਹਿੰਦੇ ਫਰੀਦ ਜੀ ਕਿਸ ਤੋਂ ਬਲਿਹਾਰੇ ਜਾਂਦੇ ਹਨ ਪੰਛੀਆਂ ਤੋਂ ਪੰਛੀ ਕੀ ਚੁਗ ਕੇ ਗੁਜ਼ਾਰਾ ਕਰਦੇ ਹਨ ਕੰਕਰ ਪੰਛੀ ਕਿਸ ਦਾ ਲੜ ਨਹੀਂ ਛੱਡਦੇ ਰੱਬ ਦਾ ਕਹਿੰਦੇ ਫਰੀਦ ਅਨੁਸਾਰ ਸਭ ਦੇ ਹਿਰਦਿਆਂ ਵਿੱਚ ਕੌਣ ਵੱਸਦਾ ਹੈ ਸੱਚਾ ਰੱਬ ਠੀਕ ਹੈ ਬੇਟਾ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਧਿਆਨ ਨਾਲ ਕਰ ਲੈਣਾ ਬਹੁਤ ਹੀ ਇੰਪੋਰਟੈਂਟ ਨੇ ਤੇ ਇੱਕ ਇੱਕ ਨੰਬਰਾਂ ਦੇ ਕਿਸੇ ਵਿੱਚ ਵੀ ਆ ਸਕਦਾ ਹੈ ਤਾਂ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਤੁਹਾਡੀ ਅੱਛੀ ਰਿਵੀਜ਼ਨ ਹੋ ਜਾਏਗੀ ਠੀਕ ਹੈ ਬੇਟਾ ਨੈਕਸਟ ਵੀਡੀਓ ਤੁਹਾਡੇ ਜਿਹੜੇ ਆਬਜੈਕਟਿਵ ਟਾਈਪ ਕੁਐਸਚਨ ਆਸਤੇ ਪੂਰੇ ਕੰਪਲੀਟ ਹੋ ਜਾਣਗੇ ਤਾਂ ਫਿਰ ਅਸੀਂ ਨੈਕਸਟ ਟੌਪਿਕ ਸ਼ੁਰੂ ਕਰਾਂਗੇ ਇਹਨਾਂ ਨੂੰ ਧਿਆਨ ਨਾਲ ਪੜੋ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ